ਜੀ ਅਸੀਂ ਪਹੁੰਚ ਚੁੱਕੇ ਹਾਂ ਗ੍ਰੈਵਿਟੀ ਰੋਡ ਪਾਪ ਉਸ ਤੋਂ ਪੋਲਿਸ਼ ਰੋਡ ਟੋਟਲੀ ਨਿਊਟਰਲ ਕਰਦੀ ਹੈ ਗੱਡੀ ਅਤੇ ਗੱਡੀ ਥੱਲੇ ਨੂੰ ਰੁੜ ਨਹੀਂ ਰਹੀ ਉਤਰਾਈ 'ਤੇ ਨੂੰ ਜਾ ਰਹੇ ਹਾਂ ਯਾਨੀ ਕਿ ਇੱਕ ਕਿਸਮ ਦੀ ਖੜ੍ਹਨ ਵਾਲੀ ਹੋ ਗਈ ਗੱਡੀ ਆਹ ਦੇਖੋ ਤੁਹਾਡੇ ਸਾਹਮਣੇ ਉਤਰਾਈ ਆ ਆ ਲਓ ਖੜ੍ਹੀ ਗਈ ਗੱਡੀ ਆ ਲਓ ਟੋਟਲੀ ਯਾਨੀ ਕਿ ਰੁਕ ਹੀ ਗਈ ਇੱਕ ਕਿਸਮ ਦੀ ਇਹਨੂੰ ਗ੍ਰੈਵਿਟੀ ਰੋਡ ਕਿਹਾ ਜਾਂਦਾ ਇੱਥੇ ਦਾ ਆ ਲਓ ਆ ਨਿਊਟਰਲ ਏ ਆਹ ਦਿਖਾਓ ਬਈ ਆਹ ਖੜ੍ਹ ਗਈ ਏ ਟੋਟਲ ਆ ਲਓ ਮੈਂ ਪੈਰ ਵੀ ਚੱਕ ਲਿਆ ਆਪਦੇ ਦੋਨੋਂ ਟੋਟਲੀ ਗੱਡੀ ਰੁਕ ਗਈ ਏ ਗ੍ਰੈਵਿਟੀ ਰੋਡ ਆ ਹੁਣ ਗੇਅਰ ਪਾਇਆ ਹੁਣ ਚੱਲਿਆ ਅਸੀਂ ਥੋੜ੍ਹਾ ਜਿਹਾ ਏਰੀਆ ਜ਼ਿਆਦਾ ਨਹੀਂ 50 ਤੋਂ 100 ਮੀਟਰ ਦਾ ਏਰੀਆ ਇੱਕ ਮਿੰਟ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ ਆਹ ਦੇਖੋ ਆਹ ਲਿਖਿਆ ਵੀ ਹੋਇਆ ਗ੍ਰੈਵਿਟੀ ਰੋਡ ਡਿਨਰ ਇਹ ਚਲੋ ਰੈਸਟੋਰੈਂਟ ਦਾ ਨਾਮ ਆ ਗ੍ਰੈਵਿਟੀ ਰੋਡ ਡਿਨਰ ਅਤੇ ਇਸੇ ਰੋਡ ਦੇ ਨਾਂ ਦੇ ਉੱਪਰ ਰੈਸਟੋਰੈਂਟ ਬਣਿਆ ਗ੍ਰੈਵਿਟੀ ਰੋਡ ਡਿਨਰ ਅਤੇ ਇੱਥੇ ਸੱਚੀ ਮਹਿਸੂਸ ਹੁੰਦਾ ਆਪ ਖੁਦ ਮੈਂ ਇਹ ਮਹਿਸੂਸ ਕੀਤੀ ਹੈ ਚੀਜ਼ ਜੇ ਕੋਈ ਇੱਧਰ ਆਵੇ ਬੰਦਾ ਤਾਂ ਜ਼ਰੂਰ ਟਰਾਈ ਕਰਿਓ ਵਧੀਆ ਇੱਕ ਅਲੱਗ ਜਿਹਾ ਅਹਿਸਾਸ ਆ ਇਹਦੇ ਵਿੱਚ ਸਾਈਪ੍ਰਸ ਦੇ ਵਿੱਚ ਆ ਇਹ ਜਦ ਆਪਾਂ ਪਾਪ ਉਸ ਤੋਂ ਪੋਲਿਸ਼ ਨੂੰ ਆਉਂਦੇ ਹਾਂ ਮੇਨ ਰੋਡ ਨਹੀਂ ਵਿੱਚੋਂ ਪਿੰਡਾਂ ਵਾਲਾ ਰੋਡ ਆਉਂਦਾ ਅਤੇ ਉਹ ਮੈਂ ਮਾਰਕ ਕਰ ਦੂੰਗਾ ਤੁਹਾਨੂੰ ਉਹਦੇ 'ਤੇ ਆਏ ਧੰਨਵਾਦ।